ਇਹਦਾ ਨੁਕਸਾਨ ਤੇ 5-7 ਲੱਖ ਤਾਂ ਮੇਰਾ ਤੇ ਖਿਆਲ ਤਾਂ ਹੀ ਹੋਏਗਾ ਜਿੰਨਾ ਨੁਕਸਾਨ ਹੋ ਚੁੱਕਾ ਸਾਰਾ ਵਿਹੜਾ ਉੱਪਰ ਹੇਠਾਂ ਸ਼ੀਸ਼ੇ ਜੋ ਦੀਵਾਰਾਂ ਨੇ ਉੱਪਰ ਦੀਆਂ ਛੱਤ ਦੀਆਂ ਮਤਲਬ ਇਹ ਸਾਰਾ ਹੀ ਬਿਲਕੁਲ ਹੀ ਬਾਹਰਲੀ ਦੀਵਾਰ ਇਹ ਸਾਰੀ ਨਕਾਰਾ ਹੋ ਚੁੱਕੀ ਹੈ ਬਿਲਕੁਲ ਡੇ ਪਈ ਔਰ 10-15 ਗਮਲੇ ਸੀਗੇ ਬੜੇ ਬੜੇ ਉਹ ਵੀ ਸਾਰੇ ਬਿਲਕੁਲ ਥੱਲੇ ਆਏ ਕੋਈ ਇੱਕ ਵੀ ਨਹੀਂ ਗਿਆ ਉਹਨਾਂ 'ਚੋਂ ਰਹਿ ਗਿਆ ਬਾਕੀ ਅਸੀਂ ਅਜੇ ਉੱਠ ਕੇ ਅੰਦਰ ਗਏ ਹੀ ਸੀਗੇ ਅਜੇ ਵੀ ਚੱਲ ਅੰਦਰ ਚਲੇ ਜਾਈਏ ਥੋੜ੍ਹਾ ਮੌਸਮ ਇਹੋ ਜਿਹਾ ਹੋਇਆ ਹੈ ਇੱਕਦਮ ਹੀ ਹਨੇਰੀ ਇੰਨੀ ਆਈ ਮੈਂ ਕਿਹਾ ਚੱਲ ਮੰਜੀ ਅੰਦਰੋਂ ਸੌਰੀ ਬਾਹਰੋਂ ਅੰਦਰ ਲਾਇਆ ਉਹ ਅਤੇ ਕੁਰਸੀਆਂ ਵੀ ਅੰਦਰ ਲਾਇਆ ਵੀ ਬੜੀਆਂ ਬਾਹਰ ਭੱਜੀਆਂ ਫਿਰਦੀਆਂ ਨੇਗੀਆਂ ਅਤੇ ਇੰਨੇ 'ਚ ਉਹ ਬੂਹਾ ਖੁੱਲ੍ਹਾ ਨਹੀਂ ਆਏ ਮੁੰਡੇ ਕੋਲੋਂ ਅਤੇ ਬਹੁਤ ਧੱਕੇ ਦੇ ਦੇ ਕੇ ਇਹਨਾਂ ਨੇ ਮਤਲਬ ਕਰਦੇ ਪਏ ਸੀ ਕਿ ਜ਼ੋਰ ਲਾ ਲਾ ਕੇ ਵੀ ਖੋਲ੍ਹੀਏ ਅਤੇ ਖੁੱਲ੍ਹਿਆ ਨਹੀਂ ਜੇ ਤਾਂ ਖੁੱਲ੍ਹ ਜਾਂਦਾ ਅਤੇ ਇਹ ਵੇਂਹਦਿਆਂ ਵੇਂਹਦਿਆਂ ਜਦੋਂ ਇਹਨੇ ਆਖਿਆ ਖੁੱਲ੍ਹਿਆ ਨਹੀਂ ਇੱਕਦਮ ਹੀ ਅਜੇ ਪਿੱਛੇ ਨੂੰ ਮਤਲਬ ਮੁੜਿਆ ਹੀ ਆ ਅਤੇ ਇਹ ਸਾਰਾ ਮਲਬਾ ਜਿੰਨਾ ਇੱਕਦਮ ਇਕੱਠਾ ਹੀ ਆ ਕੇ ਘਰ ਪੈ ਗਿਆ ਸਾਨੂੰ ਇਹ ਸਮਝ ਨਹੀਂ ਆਈ ਵੀ ਕੀ ਆ ਸਾਡੀ ਛੱਤ ਡਿੱਗ ਪਈ ਆ ਕਿ ਮਲਬਾ ਇਹ ਤਾਂ ਬਾਅਦ 'ਚ ਪਤਾ ਲੱਗਾ ਕਿ ਇਹ ਸ਼ੈੱਡ ਡਿੱਗਾ ਵਾ ਵੈਸੇ ਅਸੀਂ ਇੰਨਾ ਡਰ ਗਏ ਭਾਵਕ ਹੋ ਗਏ ਕਿ ਨਾ ਡੁੱਬੂਗੇ ਸਾਡਾ ਕੋਈ ਵੀ ਨਾ ਖੁੱਲ੍ਹੇ ਇੰਨਾ ਮਲਬਾ ਮਤਲਬ ਢੇਰ ਅੱਗੇ ਲੱਗ ਗਏ ਅਸੀਂ ਅੰਦਰ ਹੀ ਭੱਜੇ ਫਿਰਦੇ ਰਹੇ ਤਿੰਨੇ ਜਾਣੇ ਛੋਟਾ ਜਿਹਾ ਬੱਚਾ ਸੀ ਵੀ ਕਿਵੇਂ ਦੀ ਬਾਹਰ ਨਿਕਲੀਏ ਬੜੇ ਘਬਰਾ ਗਏ ਅਸੀਂ ਅਸੀਂ ਮਤਲਬ 11-12 ਵਜੇ ਦੇ ਨਾਲ ਅਸੀਂ ਥੋੜ੍ਹਾ ਜਿਹਾ ਮੁੜ ਕੇ ਆਪਣਾ ਮਨ ਧਰ ਕੇ ਅੰਦਰ ਪਾਣੀ ਪੂਣੀ ਬਹੁਤ ਚਲਾ ਗਿਆ ਅਤੇ ਫਿਰ ਅਸੀਂ ਇੱਕ ਮਾੜੀ ਜਿਹੀ ਚੀਤ ਕਰਕੇ ਵੇਖਿਆ ਕਿ ਸਾਡੇ 'ਤੇ ਦੋਵੇਂ ਬੂਹੇ ਮਲਬਾ ਹੀ ਇੰਨਾ ਆ ਗਿਆ ਅਤੇ ਸ਼ੈੱਡ ਡਿੱਗਾ ਆ ਅਤੇ ਸਾਡਾ ਨੁਕਸਾਨ ਇੰਨਾ ਹੋ ਗਿਆ ਔਰ 4 ਵਜੇ ਨਾ ਫਿਰ ਉੱਪਰ ਚੜ੍ਹ ਕੇ ਅਸੀਂ ਬੈਠੇ ਉੱਪਰ ਵੇਖਿਆ ਅਤੇ ਵੇਖਿਆ ਛੱਤਾਂ ਦੇ ਵੀ ਉੱਪਰ ਕਰੈਕ ਹੋਈਆਂ ਨੇ ਸ਼ੀਸ਼ੇ ਟੁੱਟੇ ਨੇ ਉਹਦੇ ਕਮਰੇ ਦੇ ਸਾਰੇ ਦੀਵਾਰਾਂ ਸਾਰੀਆਂ ਉੱਪਰਲੀਆਂ ਟੁੱਟ ਗਈਆਂ ਨੇ ਮੇਰਾ ਨਾਮ ਮਨਦੀਪ ਸਿੰਘ ਜੀ ਇਹ ਜੀ ਡੀ ਟਮਾਟੋ ਸੋਸ ਫੈਕਟਰੀ ਇਹ 12 ਮਹੀਨੇ ਚੱਲਦੀ ਮਤਲਬ ਵੀ ਕੋਈ ਵੀ ਜਿੱਦਾਂ ਸੇਬ ਆਉਂਦੇ ਉਹਨਾਂ ਦਾ ਜੂਸ ਸੰਤਰਿਆਂ ਦਾ ਨਾਖਾਂ ਦਾ ਮਿਰਚਾਂ ਦੀ ਚਟਨੀ ਮਤਲਬ ਵੀ 12 ਮਹੀਨੇ ਚੱਲਦੀ ਰਹਿੰਦੀ ਹੈ ਹਾਂਜੀ ਅਸੀਂ ਤਾਂ ਮਤਲਬ ਵਿਆਹ ਗਏ ਸੀ ਅਤੇ ਘਰ ਆਪਣੇ ਬ੍ਰਦਰ ਇਨ ਲਾ ਅਤੇ ਬ੍ਰਦਰ ਆਪਣੇ ਮਦਰ ਨੇ ਇਹਨਾਂ ਨੂੰ ਛੱਡ ਕੇ ਨਾਲ ਇਹਦੀ ਵਾਈਫ ਨੇ ਨਾਲ ਇਹਨਾਂ ਛੋਟਾ ਜਿਹਾ ਬੱਚਾ ਇਹਨਾਂ ਨੂੰ ਛੱਡ ਕੇ ਅਸੀਂ ਮੇਰੀ ਭਾਣਜੀ ਦਾ ਵਿਆਹ ਸੀ ਮਤਲਬ ਅਸੀਂ ਉੱਥੇ ਗਏ ਰੱਤਾ ਗੁੱਦਾ ਪਿੰਡ ਪੱਟੀ ਲੱਗ ਅਤੇ ਸਾਨੂੰ ਰਾਤ ਫੋਨ ਗਿਆ ਵੀ ਆਹ ਮਤਲਬ ਵੀ ਸ਼ੈੱਡ ਸ਼ੈਨ ਨੂੰ ਭੁਲੇਖੇ ਨਾ ਕੀਤਾ ਵੀ ਸ਼ੈਨ ਸ਼ੈੱਡ ਲੱਗੇ ਸਾਡੇ ਚਾਚਾ ਜੀ ਦੇ ਮਕਾਨ ਹੈ ਮਤਲਬ ਵੀ ਉਹਦੇ ਸਟੋਰ ਦਾ ਹਣੀ ਉੱਡਾਇਆ ਸ਼ੈੱਡ ਬਾਅਦ 'ਚ ਸਾਨੂੰ ਪਤਾ ਲੱਗਾ ਕੈਮਰੇ ਰਾਹੀਂ ਜਦੋਂ ਇਹਨਾਂ ਨੇ ਵੇਖ ਕੇ ਦੱਸਿਆ ਵੀ ਸ਼ੈੱਡ ਫੈਕਟਰੀ ਦਾ ਜਿਹੜਾ ਸ਼ੈੱਡ ਬਣਿਆ ਸੀ ਉਹਦੇ 'ਚ ਹਵਾ ਨਿਕਲਣ ਨੂੰ ਕੋਈ ਕਰੋਸਿੰਗ ਲਈ ਕੋਈ ਹੈ ਨਹੀਂ ਜਗ੍ਹਾ ਬਣਾਇਆ ਨਹੀਂ ਇਹਨਾਂ ਉਹ ਹਵਾ ਭਰਨ ਦੇ ਨਾਲ ਇੰਨਾ ਔਰ ਜ਼ੋਰ ਨਾਲ ਉੱਡਿਆ ਵੀ 100 ਫੁੱਟ ਦਾ ਹੀ ਘੱਟੋ ਘੱਟ ਬਣਿਆ ਸੀ ਅਤੇ ਉਹ ਸਾਰਾ ਹੀ ਆਣ ਕੇ ਮੇਰੇ ਮਕਾਨ 'ਤੇ ਸਿੱਧਾ ਉੱਡ ਕੇ ਆਣ ਕੇ ਸਿੱਧਾ ਮਕਾਨ 'ਚ ਹੀ ਵੱਜਾਣ ਗਏ ਉਹ ਨੁਕਸਾਨ ਮੇਰਾ 5-7 ਲੱਖ ਰੁਪਈਏ ਦਾ ਨੁਕਸਾਨ ਹੋਇਆ ਜੀ ਵੇਖੋ ਮੈਂ ਹੁਣ ਹੀ ਅਜੇ ਮੁਕੰਮਲ ਨਹੀਂ ਕੀਤਾ ਹੁਣੇ ਅਜੇ ਤਾਜ਼ਾ 20-25 ਲੱਖ ਰੁਪਈਆ ਲਾ ਕੇ ਮੁਕੰਮਲ ਮਤਲਬ ਵੀ ਕੀਤਾ ਸੀ ਥੋੜ੍ਹਾ ਕੰਮ ਇਹਦਾ ਮੇਰਾ ਘੱਟ ਤੋਂ ਘੱਟ ਵੀ ਇੱਥੇ 70-80 ਲੱਖ ਰੁਪਈਆ ਲੱਗ ਚੁੱਕਾ ਜੀ ਅਤੇ ਹੁਣ ਮਹਾਂ ਮੁਕੰਮਲ ਕੀਤਾ ਸੀ ਅਤੇ ਉਹ ਆਹ ਹੁਣ ਆਹ ਕੰਮ ਹੋ ਗਿਆ ਮੇਰੇ ਹਨੇਰੀ ਦੇ ਨਾਲ ਫਿਰ ਨੁਕਸਾਨ ਹੋ ਗਿਆ ਫੈਕਟਰੀ ਦੇ ਮਾਲਕਾਂ ਨੇ ਭਰੋਸਾ ਹੀ ਦਿੱਤਾ ਜੀ ਅਸੀਂ ਜੋ ਵੀ ਨੁਕਸਾਨ ਆਇਆ ਉਹਦੀ ਭਰਪਾਈ ਕਰਾਂਗੇ ਅਸੀਂ ਤੁਸੀਂ ਮਿਸਤਰੀ ਆਪਣੀ ਮਰਜ਼ੀ ਨਾਲ ਲਾ ਲਓ ਜਾਂ ਅਸੀਂ ਲਾ ਦਿੰਦੇ ਮਤਲਬ ਵੀ ਜਿੱਦਾਂ ਵੀ ਕੰਮ ਤੁਹਾਡਾ ਹੁੰਦਾ ਤੁਸੀਂ ਆਪਣੀ ਮਰਜ਼ੀ ਨਾਲ ਕਰਾਓ ਬਾਕੀ ਇਹਨਾਂ ਦੇ ਹੁਣ ਕਰਾਉਂਦੇ ਆ ਜੀ ਕੀ ਕਰਦੇ ਕਰੇ ਅਸੀਂ ਇਹੋ ਮੰਗ ਕਰਦੇ ਹਾਂ ਵੀ ਸਾਡਾ ਮਤਲਬ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਸਾਨੂੰ ਮਤਲਬ ਵੀ ਇੰਨੀ ਹੁਣ ਸਾਡੇ ਕੋਲ ਵਾਹ ਨਹੀਂ ਹੈਗੀ ਅਸੀਂ ਕਰਜ਼ਾ ਚੁੱਕ ਕੇ ਮਤਲਬ ਵੀ ਇੰਨਾ ਕਰਜ਼ਾ ਚੁੱਕ ਲਿਆ ਵੀ ਸਾਡੇ ਕੋਲ ਨਹੀਂ ਗਾਂ ਅੱਗੇ ਪੈਸੇ ਚੁੱਕ ਕੇ ਲਾਉਣ ਦੀ ਮਤਲਬ ਵੀ ਬਿਲਕੁਲ ਵਾਹ ਨਹੀਂ ਹੈਗੀ ਅਤੇ ਸਾਡੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਜਾਂ ਇਹਨਾਂ ਦੇ ਕੋਲੋਂ ਮਤਲਬ ਵੀ ਕਰਵਾਇਆ ਜਾਵੇ ਇਹਨਾਂ ਮੁਕੰਮਲ ਜੋ ਵੀ ਸਾਡਾ ਕੰਮ ਨੁਕਸਾਨ ਹੋਇਆ ਜੋ ਭਰਪਾਈ ਕਰਾਈ ਜਾਵੇ ਇਹਨਾਂ ਕੋਲ ਸਰ ਕੀ ਨਾਂ ਤੁਹਾਡਾ ਮੇਰਾ JP ਸਿੰਘ ਹੈ ਜੀ ਸਰ ਇੱਥੇ ਜਿਹੜੀ ਆਪਣੇ ਟਮਾਟਰਾਂ ਦੀ ਫੈਕਟਰੀ ਹੈ ਕਿਹੜੀ ਪੋਸਟ 'ਤੇ ਕੰਮ ਕਰਦੇ ਤੁਸੀਂ ਮੈਂ ਡਾਇਰੈਕਟਰ ਹਾਂ ਜੀ ਅਰ ਕਹਿੰਦਾ ਤੁਹਾਡਾ ਸ਼ੈੱਡ ਜਿਹੜਾ ਉੱਡ ਕੇ ਜਿਹੜਾ ਆਪਣਾ ਮਕਾਨ 'ਤੇ ਲਾਗੇ ਵੱਜਿਆ ਵਾ ਅਤੇ ਕੀ ਪੂਰਾ ਮਾਮਲਾ ਵਾ ਕਿੱਦਾਂ ਨੁਕਸਾਨ ਹੋਇਆ ਕੋਠੀ ਦਾ ਲਾਗੇ ਗੁਆਂਢੀਆਂ ਦਾ ਮਾਮਲਾ ਇੱਦਾਂ ਜੀ ਕਿ ਅਸੀਂ ਇਹ ਸ਼ੈੱਡ ਪਾਇਆ ਹੈਗਾ ਕਿਸਾਨ ਜਿਹੜੇ ਟਰਾਲੀਆਂ ਲੈ ਕੇ ਆਉਂਦੇ ਆ ਜਾਂ ਗੱਡੀਆਂ ਲੈ ਕੇ ਆਉਂਦੇ ਬਾਹਰੋਂ ਉਹਨਾਂ ਦੇ ਰੈਸਟ ਕਰਨ ਵਾਸਤੇ ਤਾਂ ਕਿ ਜਦੋਂ ਗੱਡੀਆਂ ਨੂੰ ਅੰਦਰ ਫੈਕਟਰੀ ਦੇ ਵਿੱਚ ਟਾਈਮ ਲੱਗ ਜਾਂਦਾ 10 ਤੋਂ 12 ਘੰਟੇ ਲੱਗ ਜਾਂਦੇ ਤਾਂ ਉਸ ਟਾਈਮ 'ਤੇ ਇਹਨਾਂ ਨੂੰ ਅਸੀਂ ਇੱਥੇ ਤਖ਼ਤ ਪੋਸ਼ ਵਿਛਾ ਕੇ ਅਤੇ ਉੱਥੇ ਉਹ ਰੈਸਟ ਕਰ ਲੈਂਦੇ ਆ ਜਿੰਨਾ ਚਿਰ ਗੱਡੀ ਅੰਦਰ ਖਾਲੀ ਹੁੰਦੀ ਆ ਹੁਣ ਹੋਇਆ ਕੀ ਕਿ ਰਾਤ ਨੂੰ ਸਾਰਿਆਂ ਨੂੰ ਪਤਾ ਆ ਕਿ ਜਿੰਨਾ ਤਕੜਾ ਤੂਫਾਨ ਅਤੇ ਜਿੰਨੀ ਤਕੜੀ ਹਨੇਰੀ ਅਤੇ ਮੀਂਹ ਝੱਖੜ ਦੇ ਨਾਲ ਇਹ ਸਾਰੇ ਪਾਸੇ ਆਫਤਾ ਸਾਡੇ ਵਾਲੇ ਇਲਾਕੇ ਦੇ ਵਿੱਚ ਇਹ ਗੁਜ਼ਰੀ ਆ ਅਤੇ ਉਹਦੇ ਨਾਲ ਇਹ ਜਿਹੜਾ ਸ਼ੈੱਡ ਸੀਗਾ ਇਹ ਸਾਡਾ ਸ਼ੈੱਡ ਉੱਥੋਂ ਛੱਤ ਸਮੇਤ ਉੱਡ ਕੇ ਅਤੇ ਨਾਲ ਹੀ ਪਿਛਲੇ ਬੰਨੇ ਕੋਠੀ ਆ ਉਹਦੇ ਵਿੱਚ ਜਾ ਵੱਜਾ ਜਿਹਦੇ ਨਾਲ ਉਹਨਾਂ ਦਾ ਨੁਕਸਾਨ ਜਿਹੜਾ ਹੋਇਆ ਬਾਉਂਡਰੀ ਵਾਲ ਟੁੱਟੀ ਆ ਕੁਛ ਹੋਰ ਸ਼ੀਸ਼ੇ ਸ਼ੀਸ਼ੇ ਟੁੱਟੇ ਆ ਹੋਰ ਵੀ ਜਿੰਨਾ ਵੀ ਨੁਕਸਾਨ ਹੋਇਆ ਉਹ ਅਸੀਂ ਸਾਰਾ ਆਪਣੇ ਵੱਲੋਂ ਕੰਪਨੀ ਵੱਲੋਂ ਭਰਵਾਈ ਕਰਨ ਲਈ ਤਿਆਰ ਹੈ ਅਤੇ ਉਹ ਅਸੀਂ ਕਰ ਹੀ ਰਹੇ ਹਾਂ ਆਲਰੇਡੀ ਮਲਬਾ ਸਾਰਾ ਚੁੱਕ ਲਿਆ ਗਿਆ ਅਤੇ ਕੱਲ੍ਹ ਤੋਂ ਮਿਸਤਰੀ ਲੱਗ ਕੇ ਅਤੇ ਇਹਨਾਂ ਦਾ 2-3 ਦਿਨਾਂ ਦੇ ਵਿੱਚ ਜਿੱਦਾਂ ਦਾ ਪਹਿਲਾਂ ਕੋਠੀ ਸੀ ਉਸੇ ਤਰ੍ਹਾਂ ਦਾ ਹੀ ਅਸੀਂ
सारा अपनी कंपनी अपने खर्चे के उत्ते इन्हों पा के इन्हों की तसली मुताबक असं ये काम पूरा करते हैं।